ਪੰਜਾਬ 'ਚ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਆਪਣੀ ਮਰਜ਼ੀ ਮੁਤਾਬਕ ਕੱਪੜੇ ਪਾ ਕੇ ਸਕੂਲ ਨਹੀਂ ਜਾ ਸਕਣਗੇ ਕਿਉਂਕਿ ਸਿੱਖਿਆ ਮੰਤਰੀ ਓਪੀ ਸੋਨੀ ਨੇ ਸਖਤ ਫਰਮਾਨ ਜਾਰੀ ਕਰ ਦਿੱਤਾ ਹੈ। ਅਧਿਆਪਕਾਂ ਨੂੰ ਹੁਣ ਪੈਂਟ ਕਮੀਜ਼ 'ਚ ਹੀ ਸਕੂਲ ਆਉਣਾ ਪਵੇਗਾ, ਉਹ ਕੁੜਤਾ ਪਜਾਮਾ ਜਾਂ ਕੈਜੂਅਲ ਕੱਪੜੇ ਪਾ ਕੇ ਸਕੂਲ ਨਹੀਂ ਆਉਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਨਵੀਂ ਪੀੜ੍ਹੀ ਦੇ ਰੋਲ ਮਾਡਲ ਹਨ, ਇਸ ਲਈ ਉਹ ਪੈਂਟ ਕਮੀਜ਼ 'ਚ ਹੀ ਸਕੂਲ ਜਾਣ, ਨਾ ਕਿ ਕੁੜਤੇ ਪਜਾਮੇ 'ਚ। ਪੰਜਾਬ 'ਚ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਆਪਣੀ ਮਰਜ਼ੀ ਮੁਤਾਬਕ ਕੱਪੜੇ ਪਾ ਕੇ ਸਕੂਲ ਨਹੀਂ ਜਾ ਸਕਣਗੇ ਕਿਉਂਕਿ ਸਿੱਖਿਆ ਮੰਤਰੀ ਓਪੀ ਸੋਨੀ ਨੇ ਸਖਤ ਫਰਮਾਨ ਜਾਰੀ ਕਰ ਦਿੱਤਾ ਹੈ। ਅਧਿਆਪਕਾਂ ਨੂੰ ਹੁਣ ਪੈਂਟ ਕਮੀਜ਼ 'ਚ ਹੀ ਸਕੂਲ ਆਉਣਾ ਪਵੇਗਾ, ਉਹ ਕੁੜਤਾ ਪਜਾਮਾ ਜਾਂ ਕੈਜੂਅਲ ਕੱਪੜੇ ਪਾ ਕੇ ਸਕੂਲ ਨਹੀਂ ਆਉਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਨਵੀਂ ਪੀੜ੍ਹੀ ਦੇ ਰੋਲ ਮਾਡਲ ਹਨ, ਇਸ ਲਈ ਉਹ ਪੈਂਟ ਕਮੀਜ਼ 'ਚ ਹੀ ਸਕੂਲ ਜਾਣ, ਨਾ ਕਿ ਕੁੜਤੇ ਪਜਾਮੇ 'ਚ। ਓਪੀ ਸੋਨੀ ਨੇ ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸਿੱਖਿਆ ਵਿਭਾਗ ਅਤੇ ਬੋਰਡ ਅਧਿਕਾਰੀਆਂ ਦੀ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਲਈ ਇੱਕ ਹੀ ਸਟੇਸ਼ਨ 'ਤੇ ਸਟੇ ਟਾਈਮ ਸਕੂਲਾਂ ਦਾ ਨਤੀਜਾ ਉੱਚਾ ਚੁੱਕਣਾ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਪ੍ਰੇਰਿਤ ਕਰਨਾ ਅਤੇ ਪੇਪਰ ਲੀਕੇਜ ਬਾਰੇ ਵਿਚਾਰ ਚਰਚਾ ਕੀਤੀ ਗਈ। ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਅਧਿਆਪਕ ਸਕੂਲ ਦੇ ਦਿਨ ਆ ਕੇ ਚੰਡੀਗੜ੍ਹ 'ਚ ਧਰਨਾ ਪ੍ਰਦਰਸ਼ਨ ਕਰਦੇ ਹਨ ਤਾਂ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਦੀ ਹੈ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਮੰਨਿਆ ਜਾਵੇਗਾ, ਪਰ ਅਜਿਹਾ ਨਹੀਂ ਹੈ ਕਿ 200 ਅਧਿਆਪਕ ਚੰਡੀਗੜ੍ਹ 'ਚ ਆ ਕੇ ਪ੍ਰਦਰਸ਼ਨ ਕਰਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋਵੇ। ਇਸੇ ਤਰ੍ਹਾਂ ਸਿੱਖਿਆ ਵਿਭਾਗ ਚੰਡੀਗੜ੍ਹ ਨੇ ਮਹਿਲਾ ਅਧਿਆਪਕਾਂ ਨੂੰ ਸਕੂਲ 'ਚਾਂ ਟਰਾਊਜ਼ਰ, ਪਲਾਜ਼ੋ ਅਤੇ ਲੈਗਿੰਗ ਨਾ ਪਾ ਕੇ ਆਉਣ ਦਾ ਫਰਮਾਨ ਵੀ ਸੁਣਾਇਆ। ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਸਕੂਲ ਦਾ ਮਾਹੌਲ ਖਰਾਬ ਹੁੰਦਾ ਹੈ, ਇਸ ਲਈ ਅਧਿਆਪਕਾਂ ਵਾਂ ਸੂਟ ਜਾਂ ਸਾੜੀ ਪਾ ਕੇ ਹੀ ਸਕੂਲ ਜਾਣ। ਬੋਰਡ 'ਚ ਵੀ ਇਹ ਨਹੀਂ ਕਿ ਉਹ ਕਮੀਆਂ ਪੇਸ਼ੀਆਂ ਨਹੀਂ, ਬੋਰਡ 'ਚ ਵੀ ਕੋਈ ਕਮੀਆਂ ਪੇਸ਼ੀਆਂ ਨਹੀਂ, ਜਿਹਦੇ ਸੁਧਾਰ ਲਈ ਅੱਜ ਅਸੀਂ ਇੱਥੇ ਮੀਟਿੰਗ ਮੈਂ ਕੀਤੀ ਆ। ਸੋ ਸਾਰੇ ਜਿੱਥੇ ਜਿੱਥੇ ਚਾਹੇ ਉਹ ਬੁੱਕਸ ਦਾ ਹੈ, ਚਾਹੇ ਉਹ ਪੇਪਰਾਂ ਦਾ, ਬੱਚਿਆਂ ਦਾ ਪੇਪਰਾਂ ਦਾ, ਸਾਰੇ ਕੰਮਾਂ ਬਾਰੇ ਅੱਜ ਇੱਥੇ ਚਰਚਾ ਹੋ ਗਈ। ਸੋ ਜਿੱਥੋਂ ਤੱਕ ਬੋਰਡ ਦਾ ਸਵਾਲ ਆ, ਬੋਰਡ ਦੇ ਪੇਪਰ ਵੀ ਲੈਣੇ ਬੱਚਿਆਂ ਦੇ, ਬੋਰਡ ਦੀਆਂ ਕਿਤਾਬਾਂ ਵੀ ਬੱਚਿਆਂ ਨੂੰ ਦੇਣੀਆਂ ਹੈ। ਸੋ ਬੋਰਡ ਦੀ ਬੜੀ ਵੱਡੀ ਇੱਕ ਲਾਇਬਿਲਟੀ ਆ ਜਿਹੜੇ ਬੱਚਿਆਂ ਨੂੰ ਪੰਜਾਬ ਦੇ ਸਕੂਲਾਂ ਨੂੰ ਲੈ ਕੇ। ਸੋ ਜਿੱਥੋਂ ਤੱਕ ਰਿਜ਼ਲਟ ਦਾ ਸਵਾਲ ਹੈ, ਇਸ ਵਾਰ ਸਾਡਾ ਰਿਜ਼ਲਟ ਜਿਹੜਾ ਹੈ ਉਹ ਬੋਰਡ ਦਾ 50%, 60% ਦੇ ਕਰੀਬ ਹੈ। ਪਿਛਲੇ ਸਾਲਾਂ ਨਾਲੋਂ 5-7% ਜਿਹੜਾ ਸਾਡਾ ਵਧਿਆ, ਘਟਿਆ ਨਹੀਂ। ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਸਾਡੇ ਜਿਹੜੇ ਰਿਜ਼ਲਟ ਆ ਨਾ ਉਹ 100% ਦੇ ਕਰੀਬ ਆ। ਉਹ ਸਾਡੇ ਸਕੂਲ ਨੇ, ਜਿਸ ਤਰ੍ਹਾਂ 10 ਸਕੂਲ ਨੇ ਮੈਰੀਟੋਰੀਅਸ ਸਕੂਲ ਨੇ, ਉਹਨਾਂ ਦੇ ਰਿਜ਼ਲਟ ਜਿਹੜੇ 100% ਵੀ ਨੇ। ਬਿਲਕੁਲ ਸਰ, ਉਹਨਾਂ ਸਕੂਲਾਂ ਦੇ ਰਿਜ਼ਲਟ 100% ਵੀ ਨੇ। ਸੋ ਜਿਹੜੇ ਸਕੂਲਾਂ ਦੇ ਰਿਜ਼ਲਟ ਘੱਟ ਨੇ ਬੱਚਿਆਂ ਦੇ ਆਏ ਅਰਕਾਂ, ਸੋ ਅਸੀਂ ਚਾਹੁੰਦੇ ਉਹਨਾਂ ਬੱਚਿਆਂ ਦੇ ਵੀ ਉਹਨਾਂ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ 100% ਆਉਣ। ਉਹਦੇ 'ਤੇ ਅੱਜ ਅਸੀਂ ਚਰਚਾ ਕੀਤੀ ਕਿ ਪੰਜਾਬ ਦੀ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਉੱਪਰ ਲੈ ਕੇ ਅਸੀਂ ਜਾ ਸਕਦੇ ਹਾਂ। ਸਾਡੇ ਬੱਚੇ ਜਿਹੜੇ ਨੇ, ਪੰਜਾਬ ਦੇ ਪੇਰੈਂਟਸ ਜਿਹੜੇ ਨੇ ਸਾਡੇ ਬੱਚਿਆਂ ਦੇ, ਉਹਨਾਂ ਦਾ ਟ੍ਰੈਂਡ ਜਿਹੜਾ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਹੋ ਗਿਆ। ਅਸੀਂ ਉਹ ਸੋਚ ਰਹੇ ਸੀ ਕਿ ਸਾਡੇ ਸਕੂਲ ਜਿਹੜੇ ਨੇ, ਕਿਉਂਕਿ ਅਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਉਹ ਦਿੰਦੇ ਹਾਂ ਸਕੂਲਾਂ 'ਚ। ਸੋ ਫੀਸ ਵੀ ਬੱਚਿਆਂ ਦੀ ਤੁਹਾਨੂੰ ਪਤਾ ਅਸੀਂ ਲੈਂਦੇ ਨਹੀਂ, ਬਹੁਤ ਘੱਟ ਫੀਸ ਨਾ ਲਏ ਦੇ ਬਰਾਬਰ ਹੀ ਆ। ਸੋ ਸਾਡਾ ਜੋ ਅਸੀਂ ਟੋਟਲ ਅਸੀਂ ਹਿਸਾਬ ਆਪਣਾ ਲਾਇਆ ਇੱਕ ਬੱਚੇ 'ਤੇ ਤਕਰੀਬਨ 3000 ਮੈਨੂੰ ਮਿਲਿਆ ਪਰ ਬੱਚਾ ਜਿਹੜਾ ਸਾਡਾ ਖਰਚਾ ਹੁੰਦਾ ਹੈ। ਵੈਸੇ ਜਿਹੜੇ ਸਾਡੇ ਹੋਰ ਵੀ ਟੀਚਰ, ਅਸੀਂ ਉਹਨਾਂ ਦੀਆਂ ਪ੍ਰਮੋਸ਼ਨਾਂ ਕਰ ਰਹੇ ਹਾਂ। ਉਹ ਕਿਹੜੇ ਟੀਚਰ ਨੇ ਜਿਹੜੇ, ਉਹ 3780 ਨੇ, ਉਹਨਾਂ ਦੀਆਂ ਅਸੀਂ ਪ੍ਰਮੋਸ਼ਨਾਂ, ਮੇਰੇ ਕੋਲ ਫਾਈਲ ਪਈ ਹੈ, ਉਹ ਵੀ ਅਸੀਂ ਅੱਜ ਕਰ ਦੇਣੀਆਂ ਨੇ। ਸੈਕਟਰੀ ਸਾਹਿਬ ਨੇ ਫਾਈਲ ਭੇਜਤੀ ਹੈ ਮੇਰੇ ਕੋਲ, ਉਹ ਵੀ ਅਸੀਂ ਕਰਦੇ ਲੱਗੇ ਹਾਂ। ਸੋ ਕਿਸੇ ਤਰ੍ਹਾਂ ਦੀ ਅਸੀਂ ਕੋਈ ਕਮੀ ਪੇਸ਼ੀ ਰਹਿਣ ਨਹੀਂ।